ਬਹੁਤ ਬਹੁਤ ਸ਼ੁਕਰੀਆ ਜੀ। ਨਮਸਤੇ, ਸਤਿ ਸ਼੍ਰੀ ਅਕਾਲ। ਮਾਈ ਪੰਜਾਬੀ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਆਖਿਆ ਜਾਂਦਾ ਹੈ ਸਰਵ ਮੰਗਲ ਮੰਗਲੇ ਸ਼ਿਵੇ ਸਰਵਾਰਥ ਸਾਧਿਕੇ ਸ਼ਰਨਿਆਯ ਤ੍ਰੈਅੰਬਕੇ ਗੌਰੀ ਨਾਰਾਇਣੀ ਨਮੋਸਤੁਤੇ। ਦੇਵੀ ਭਗਵਤੀ ਦੁਰਗਾ ਦੀ ਉਪਾਸਨਾ ਦਾ ਪਰਬ ਹੁੰਦਾ ਹੈ ਨਵਰਾਤਰ ਦਾ ਪਰਬ, ਜਿਹੜਾ ਕਿ 9 ਦਿਨਾਂ ਤੱਕ ਚੱਲਦਾ ਹੈ ਅਤੇ 6ਵੇਂ ਨਵਰਾਤਰ ਦਿਵਸ ਦੇ ਉੱਤੇ ਜਿਹੜਾ ਹੈਗਾ ਉਹ ਮਾਂ ਦੇਵੀ ਭਗਵਤੀ ਕਾਤਿਆਇਨੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਆਖਿਆ ਜਾਂਦਾ ਹੈ ਕਿ ਪ੍ਰਾਚੀਨ ਕਾਲ ਦੇ ਵਿੱਚ ਇੱਕ ਰਿਸ਼ੀ ਹੋਏ ਕਾਤਿਆਨ, ਜਿਨ੍ਹਾਂ ਦੀ ਪੁੱਤਰੀ ਦੇ ਰੂਪ ਵਿੱਚ ਮਾਂ ਨੇ ਉਹਨਾਂ ਦੇ ਘਰ ਵਿੱਚ ਜਨਮ ਲਿੱਤਾ ਅਤੇ ਰਿਸ਼ੀ ਕਾਤਿਆਨ ਦੀ ਪੁੱਤਰੀ ਹੋਣ ਦੇ ਚੱਲਦੇ ਹੀ ਮਾਂ ਜਿਹੜਾ ਹੈਗਾ ਉਹ ਕਾਤਿਆਇਨੀ ਸਵਰੂਪ ਵਿੱਚ ਇਸ ਜਗਤ ਵਿੱਚ ਪ੍ਰਸਿੱਧ ਹੋਈ, ਇਸ ਜਗਤ ਵਿੱਚ ਵਿਖਿਆਤ ਹੋਈ। ਨਵਰਾਤਰੇ ਦੇ 6ਵੇਂ ਦਿਨ ਭਗਤ ਜਨ ਮਾਂ ਕਾਤਿਆਇਨੀ ਸਵਰੂਪ ਦੀ ਪੂਜਾ ਕਰਦੇ ਹੋਏ ਆਪਣੇ ਲਈ ਮੰਗਲ ਦੀ ਕਾਮਨਾ ਕਰ ਰਹੇ ਹਨ। ਲਿਹਾਜ਼ਾ ਮਾਈ ਪੰਜਾਬੀ ਟੀਵੀ ਵੀ ਆਪਣੇ ਹਰ ਦਰਸ਼ਕ ਦੇ ਲਈ ਮੰਗਲ ਦੀ ਕਾਮਨਾ ਕਰਦਾ ਹੋਇਆ ਦੇਵੀ ਨੂੰ ਨਤਮਸਤਕ ਹੁੰਦਾ ਹੈ ਅਤੇ ਅੱਗੇ ਫਿਰ ਵੱਧਦਾ ਹੈ ਆਪਣੇ ਇਸ ਧਰਮ ਯਾਤਰਾ ਦੇ ਕਾਫਿਲੇ ਵੱਲ। ਦਾਤੀ ਤੇਰੇ ਕਈ ਨਾਮ, ਦਾਤੀ ਤੇਰੇ ਕਈ ਤਾਮ, ਹਰ ਮੰਦਰ ਘਰ ਵਿੱਚ ਜੋਤ ਤੇਰੀ, ਯੋਗੇਸ਼ਵਰੀ ਤੇਰੀ ਮਹਿਮਾ ਨਿਆਰੀ, ਭੰਡਾਰੇ ਭਰਪੂਰ ਕਰੇ ਦਾਤੀ, ਹਰ ਸੰਕਟ ਨੂੰ ਦੂਰ ਕਰੇ ਦਾਤੀ। ਦੇਸ਼ ਭਰ ਦੇ ਵਿੱਚ ਨਵਰਾਤਰਿਆਂ ਦਾ ਪਰਵ ਚੱਲ ਰਿਹਾ। 9 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੇ ਤਹਿਤ ਅੱਜ 6ਵਾਂ ਦਿਨ ਹੈ ਅਤੇ ਇਸ ਦਿਨ ਦੇਵੀ ਮਾਂ ਕਾਤਿਆਇਨੀ ਦੀ ਉਪਾਸਨਾ ਪੂਜਾ ਅਰਚਨਾ ਕੀਤੇ ਜਾਣ ਦਾ ਵਿਧੀ ਵਿਧਾਨ ਹੈ। ਆਖਦੇ ਹਨ ਕਿ ਪੁਰਾਤਨ ਕਾਲ ਦੇ ਵਿੱਚ ਇੱਕ ਰਿਸ਼ੀ ਹੋਏ ਜਿਨ੍ਹਾਂ ਦਾ ਨਾਂ ਸੀ ਕਾਤਿਆਨ ਰਿਸ਼ੀ, ਜਿਨ੍ਹਾਂ ਨੇ ਪਰਾ ਅੰਬਾ ਦੀ ਘੋਰ ਤਪੱਸਿਆ ਕੀਤੀ ਅਤੇ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਇੱਕ ਅਲੌਕਿਕ ਪੁੱਤਰੀ ਦੀ ਪ੍ਰਾਪਤੀ ਹੋਵੇ। ਇਸ ਲਈ ਦੇਵੀ ਨੇ ਉਹਨਾਂ ਦੀ ਤਪੱਸਿਆ 'ਤੇ ਪ੍ਰਸੰਨ ਹੋ ਕੇ ਨਾ ਸਿਰਫ ਉਹਨਾਂ ਨੂੰ ਪੁੱਤਰੀ ਹੋਣ ਦਾ ਵਰਦਾਨ ਦਿੱਤਾ ਬਲਕਿ ਰਿਸ਼ੀ ਕਾਤਿਆਨ ਦੇ ਘਰ ਵਿੱਚ ਮਾਂ ਦੇਵੀ ਭਗਵਤੀ ਖੁਦ ਪੁੱਤਰੀ ਰੂਪ ਦੇ ਵਿੱਚ ਪੈਦਾ ਹੋਈ ਅਤੇ ਇਸੇ ਲਈ ਉਹਨਾਂ ਨੂੰ ਕਾਤਿਆਨ ਪੁੱਤਰੀ ਹੋਣ ਦੇ ਚੱਲਦੇ ਦੇਵੀ ਕਾਤਿਆਇਨੀ ਦਾ ਨਾਮ ਦਿੱਤਾ ਗਿਆ। ਇਹ ਦੇਵੀ ਭਗਤਾਂ 'ਤੇ ਖੁਸ਼ ਹੁੰਦੇ ਹੋਏ ਉਹਨਾਂ ਦੇ ਸਾਰੇ ਦੁੱਖ ਕਲੇਸ਼ਾਂ ਦਾ ਨਿਵਾਰਨ ਕਰਦੇ ਹੋਏ ਉਹਨਾਂ ਨੂੰ ਅਭੈ ਵਰਦਾਨ ਵੀ ਪ੍ਰਦਾਨ ਕਰਦੀ ਹੈ। ਬਹੁਤ ਬਹੁਤ ਸ਼ੁਕਰੀਆ। ਦੇਵੀ ਭਗਵਤੀ ਕਾਤਿਆਇਨੀ ਦੀ ਤਪੱਸਿਆ ਅਤੇ ਉਪਾਸਨਾ ਦਾ ਬੜਾ ਮਹੱਤਵ ਹੈ। ਆਖਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੂੰ ਆਪਣੇ ਪਤੀ ਰੂਪ ਵਿੱਚ ਪਾਉਣ ਲਈ ਉਹਨਾਂ ਦੀਆਂ ਸਖੀਆਂ ਨੇ ਵੀ ਦੇਵੀ ਕਾਤਿਆਇਨੀ ਦੀ ਹੀ ਉਪਾਸਨਾ ਕੀਤੀ ਸੀ ਅਤੇ ਇਹ ਪੂਜਾ ਅਰਚਨਾ ਕਾਲੰਦੀ ਯਮੁਨਾ ਤੱਟ 'ਤੇ ਕੀਤੀ ਗਈ ਸੀ ਅਤੇ ਇਸ ਲਈ ਇਹ ਦੇਵੀ ਬ੍ਰਜ ਮੰਡਲ ਯਾਨੀ ਵਰਿੰਦਾਵਨ ਇਲਾਕੇ ਦੀ ਅਧਿਸ਼ਟਾਤਰੀ ਦੇਵੀ ਵੀ ਆਖੀ ਜਾਂਦੀ ਹੈ। ਦੇਵੀ ਭਵਾਨੀ ਮਾਂ ਕਾਤਿਆਇਨੀ ਦੀ 4 ਪੂਜਾਵਾਂ ਹਨ ਅਤੇ ਇੱਕ ਹੱਥ ਅਭੈ ਮੁਦਰਾ ਅਤੇ ਦੂਜਾ ਹੱਥ ਵਰ ਮੁਦਰਾ ਦੇ ਵਿੱਚ ਹੈ ਅਤੇ ਦੇਵੀ ਦੇ ਇੱਕ ਹੱਥ ਦੇ ਵਿੱਚ ਕਮਲ ਦਾ ਪੁਸ਼ਪ ਹੈ ਅਤੇ ਇੱਕ ਹੱਥ ਦੇ ਵਿੱਚ ਤਲਵਾਰ ਸੱਜੀ ਹੋਈ ਹੈ ਜਿਹੜੀ ਸ਼ਕਤੀ ਦਾ ਪ੍ਰਤੀਕ ਹੈ। ਭਗਤੋਂ ਕੋ ਵੀ ਸਭੀ ਕੋ ਬਹੁਤ ਬਹੁਤ ਸ਼ੁਭਕਾਮਨਾ। ਦੇਵੀ ਭਗਵਤੀ ਜਗਦੰਬਕਾ ਨੂੰ ਪੀਲਾ ਰੰਗ ਬੇਹੱਦ ਪ੍ਰਿਯ ਹੈ, ਇਸ ਲਈ ਮਾਂ ਨੂੰ ਪੀਲੇ ਰੰਗ ਦੇ ਕੱਪੜੇ, ਪੀਲੇ ਫੁੱਲ ਅਤੇ ਪੀਲੇ ਰੰਗ ਦੀ ਮਠਿਆਈ ਤੋਂ ਇਲਾਵਾ ਪੀਲੇ ਰੰਗ ਦੀ ਖਾਧੇ ਜਾਣ ਵਾਲੀਆਂ ਚੀਜ਼ਾਂ ਦਾ ਪ੍ਰਯੋਗ ਕਰਦੇ ਹੋਏ ਉਹਨਾਂ ਨੂੰ ਭੋਗ ਲਗਾਉਣਾ ਚਾਹੀਦਾ ਹੈ। ਪੂਜਾ ਕਰਦੇ ਹੋਏ ਉਸ ਦੇ ਵਿੱਚ ਪਾਨ ਦੇ ਪੱਤੇ, ਸੁਪਾਰੀ, ਰੌਲੀ, ਕੁਮਕੁਮ, ਧੂਪ ਅਤੇ ਹੋਰ ਦੂਜੀਆਂ ਚੀਜ਼ਾਂ ਮਾਂ ਨੂੰ ਸ਼ਰਧਾ ਨਾਲ ਅਰਪਿਤ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਪ੍ਰਸੰਨ ਹੁੰਦੇ ਹੋਏ ਦੇਵੀ ਆਪਣੇ ਭਗਤਾਂ ਦਾ ਕਲਿਆਣ ਕਰਦੇ ਹੋਏ ਉਹਨਾਂ 'ਤੇ ਆਪਣੀ ਕਿਰਪਾ ਦੀ ਮਿਹਰ ਕਰਦੀ ਹੈ
ਅਤੇ ਸਭ ਕੁਝ ਅਰਪਣ ਕਰਦੇ ਹੋਏ ਦੇਵੀ ਦੇ ਮੰਤਰ ਵੀ ਇਸ ਵੇਲੇ ਪੜ੍ਹੇ ਜਾ ਸਕਦੇ ਹਨ। ਦੇਵੀ ਦੀ ਉਪਾਸਨਾ ਕਰਨ ਵੇਲੇ ਪੜ੍ਹੋ ਇਹ ਮੰਤਰ। ਪਹਿਲਾ ਮੰਤਰ, ਸਰਵ ਮੰਗਲ ਮੰਗਲੇ ਸ਼ਿਵੇ ਸਰਵਾਰਥ ਸਾਧਿਕੇ ਸ਼ਰਣੰ ਤ੍ਰੰਬਕੇ ਗੌਰੀ ਨਾਰਾਇਣੀ ਨਮੋਸਤੁਤੇ। ਇਸ ਦੇ ਨਾਲ ਤੁਹਾਡਾ ਬੇਹੱਦ ਮੰਗਲ ਹੋਵੇਗਾ ਅਤੇ ਮਾਂ ਦੁਰਗਾ ਦੀ ਅਪਾਰ ਕਿਰਪਾ ਹੋਵੇਗੀ। ਦੂਜਾ ਮੰਤਰ, ਓਮ ਕਲੀ ਕਾਤਿਆਇਨੀ ਮਹਾਮਾਇਆ ਮਹਾਯੋਗਿਨਧੀਸ਼ਵਰੀ ਨੰਦ ਗੋਪ ਸੁਤਮ ਦੇਵੀ ਪਤਿਮ ਮੈਂ ਕੁਰੂਤੇ ਨਮਹ। ਉੱਤਮ ਘਰ ਵਾਲਾ ਪਾਨ ਦੀ ਚਾਹਨਾ ਰੱਖਣ ਵਾਲੀਆਂ ਕੁੜੀਆਂ ਨੂੰ ਇਸ ਮੰਤਰ ਦਾ ਉਚਾਰਨ ਕਰਦੇ ਹੋਏ ਦੇਵੀ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ। ਤੀਜਾ ਮੰਤਰ, ਪਤਨੀ ਮਨੋਰਮਮ ਦੇਹੀ ਮਨੋਵ੍ਰਤ ਅਨੁਸਾਰਿਣੀਮ ਤਾਰਣੀ ਦੁਰਗ ਸੰਸਾਰ ਸਾਗਰਸ ਕੁਲੋ ਧਵਾਮ। ਸੁਸ਼ੀਲ ਅਤੇ ਸੰਸਕਾਰੀ ਪਤਨੀ ਪਾਣ ਵਾਲੇ ਯੁਵਕ ਦੇਵੀ ਦੇ ਇਸ ਮੰਤਰ ਦਾ ਉਚਾਰਨ ਕਰਦੇ ਹੋਏ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰਨ ਤਾਂ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਭਗਤੋਂ ਕੋ ਵੀ ਸਭੀ ਕੋ ਬਹੁਤ ਬਹੁਤ ਸ਼ੁਭਕਾਮਨਾ। ਆਸਥਾ ਨਿਸ਼ਠਾ ਵਿਸ਼ਵਾਸ ਅਤੇ ਸ਼ਰਧਾ ਦੇ ਰੰਗ 'ਚ ਡੁੱਬੇ ਹੋਏ ਭਗਤ ਜਨ ਜਿਹੜੇ ਨੇ ਉਹ ਦੇਵੀ ਉਪਾਸਨਾ ਦੇ ਲਈ ਦੇਵੀ ਮੰਦਰਾਂ ਦੇ ਵਿੱਚ ਵੀ ਆਪਣੀ ਹਾਜ਼ਰੀ ਲਗਵਾ ਰਹੇ ਨੇ। ਮਹਾਮਾਈ ਕਤਿਆਇਨੀ ਨਵਰਾਤਰ ਦਿਵਸ ਦੇ ਉੱਤੇ ਲੋਕ ਜਿਹੜੇ ਨੇ ਉਹ ਮੰਦਰਾਂ ਦੇ ਵਿੱਚ ਪੁੱਜ ਕੇ ਨਵ ਦੁਰਗਾ ਦੇਵੀ ਦੇ ਨਾਲ ਨਾਲ ਮਾਂ ਕਤਿਆਇਨੀ ਦੀ ਪੂਜਾ ਅਰਚਨਾ ਕਰਦੇ ਹੋਏ ਆਪਣੇ ਲਈ ਮੰਗਲ ਦੀ ਅਰਦਾਸ ਕਰ ਰਹੇ ਨੇ। ਲਿਹਾਜ਼ਾ ਮਾਈ ਪੰਜਾਬੀ ਟੀਵੀ ਦੇ ਹਰ ਦਰਸ਼ਕ ਦੇ ਉੱਤੇ ਵੀ ਦਾਤੀ ਆਪਣੀ ਕਿਰਪਾ ਬਰਸਾਵੇ ਅਤੇ ਤੁਹਾਡਾ ਹਰ ਤਰੀਕੇ ਦੇ ਨਾਲ ਮੰਗਲ ਹੋਵੇ, ਇਸੇ ਗੱਲ ਦੀ ਕਾਮਨਾ ਕਰਦੇ ਹੁਣ ਮਾਈ ਪੰਜਾਬੀ ਟੀਵੀ ਦੇ ਕਾਫਲੇ ਨੂੰ ਦਿਓ ਇਜਾਜ਼ਤ, ਫਿਰ ਹੋਵੇਗੀ ਤੁਹਾਡੇ ਨਾਲ ਮੁਲਾਕਾਤ। ਧੰਨਵਾਦ।